ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਜਦੋਂ ਆਪਾਂ ਭਗਵਾਨ ਬਿਸ਼ੂ ਕਰਮਾ ਜੀ ਦਾ ਦਿਨ ਮਨਾ ਰਹੇ ਹਾਂ ਤਾਂ ਰਾਮਗੜੀਆ ਕਾਲਜ ਦੇ ਵਿੱਚ ਮੇਰੇ ਸਾਹਮਣੇ ਸ਼ੁਸ਼ੋਭਿਤ ਲੁਧਿਆਣੇ ਦੇ ਆ ਪ੍ਰਮੁੱਖ ਸ਼ਖਸੀਅਤਾਂ ਪ੍ਰੋਫੈਸਰ ਸਾਹਿਬਾਨ ਟੀਚਰ ਸਹਿਬਾਨ ਇੰਡਸਟਰੀ ਨਾਲ ਲੁਧਿਆਣੇ ਦੇ ਲੋਕ ਹਰ ਵਰਗ ਨੂੰ ਰਿਪਰੈਜ਼ੈਂਟ ਕਰਨ ਵਾਲੇ ਲੁਧਿਆਣੇ ਦੇ ਮਿਹਨਤੀ ਲੋਕ ਸਟੇਟਿਸ ਸ਼ੋਭਤ ਮੇਰੀ ਆਮ ਆਦਮੀ ਪਾਰਟੀ ਦੀ 90 ਮੈਂਬਰੀ ਟੀਮ ਦੇ ਬਹੁਤ ਹੀ ਕੋਰ ਮੈਂਬਰ ਐਮਐਲਏ ਸਹਿਬਾਨ ਜਿਨੇ ਵੀ ਜਿਨ੍ਹਾਂ ਨੂੰ ਤੁਸੀਂ ਜ਼ਿੰਮੇਵਾਰੀ ਦਿੱਤੀ ਹੈ ਕਿ ਜਾ ਕੇ ਸਾਡੀਆਂ ਮੁਸ਼ਕਲਾਂ ਸਾਡੇ ਮਸਲਿਆਂ ਨੂੰ ਵਿਧਾਨ ਸਭਾ ਚ ਰੱਖੋ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰੋ ਇਸ ਤੋਂ ਇਲਾਵਾ ਪਾਰਟੀ ਦੇ ਹੋਰ ਵੀ ਅਹੁਦੇਦਾਰ ਸਹਿਬਾਨ ਨੇ ਚੇਅਰਮੈਨ ਸਹਿਬਾਨ ਨੇ ਜਿਨੇ ਵੀ ਮੌਜੂਦ ਹਾਜ਼ਰੀਨ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਕ੍ਰਿਸ਼ਨ ਪੁਲਿਸ ਲੁਧਿਆਣਾ ਪ੍ਰਸ਼ਾਸਨ ਸਾਰਾ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਦਾ ਦਿਨ ਇਸ ਕਰਕੇ ਖਾਸ ਹੈ ਕਿ ਅਸੀਂ ਉਸ ਬਾਬੇ ਦਾ ਦਿਨ ਮਨਾ ਰਹੇ ਹਾਂ ਜੋ ਸ਼ਿਲਪਕਾਰੀ ਦੇ ਵਿੱਚ ਜੋ ਕਲਾਕਾਰਤਾ ਹੱਥੀ ਕਲਾਕਾਰਤਾ ਬਣਾਉਣ ਦੇ ਮੋਰੀ ਤੇ ਮੋਢੀ ਨੇ ਨਿਰਮਾਣ ਦੇ ਦੇਵਤਾ ਉਹਨਾਂ ਨੂੰ ਮੰਨਿਆ ਜਾਂਦਾ ਹੈ ਅੱਜ ਵੀ ਜਗ੍ਹਾ ਜਗ੍ਹਾ ਤੇ ਅੱਜ ਉਹਨਾਂ ਦੀ ਪੂਜਾ ਹੋ ਰਹੀ ਹੈ ਉਹਨਾਂ ਨੂੰ ਯਾਦ ਕਰ ਰਹੇ ਆ ਔਜ਼ਾਰ ਜਿਹੜੇ ਨੇ ਅੱਜ ਉਹਨਾਂ ਨੂੰ ਪੂਜਿਆ ਜਾ ਰਿਹਾ ਹੈ ਉਹ ਔਜ਼ਾਰ ਉਹ ਮਸ਼ੀਨਾ ਜਿਹੜੀਆਂ ਜਦੋਂ ਚੱਲਦੀਆਂ ਨੇ ਤਾਂ ਦੇਸ਼ ਦੀ ਤਰੱਕੀ ਕਰਦੀਆਂ ਨੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਂਦੀਆਂ ਨੇ ਉਹ ਮਸ਼ੀਨਾ ਜਦੋਂ ਚੱਲਦੀਆਂ ਨੇ ਤਾਂ ਬਹੁਤ ਲੱਖਾਂ ਲੋਕਾਂ ਦੇ ਚੁੱਲ੍ਹੇ ਚੱਲਦੇ ਨੇ ਸੁਮੇਸਾਰਾਂ ਨੂੰ ਇਸ ਮੌਕੇ ਤੇ ਮੁਬਾਰਕਬਾਦ ਵੀ ਦੇਣਾ ਕਿਉਂਕਿ ਇਹ ਕੋਈ ਰਾਜਨੀਤਿਕ ਫੰਕਸ਼ਨ ਨਹੀਂ ਹੈਗਾ ਵਿਦਿਆ ਦੇ ਮੰਦਰ ਦੇ ਵਿੱਚ ਖੜਿਆ ਆ ਭਗਵਾਨ ਦੇ ਮੰਦਿਰ ਚ ਮੱਥਾ ਟੇਕ ਕੇ ਆਇਆ ਤਾਂ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰੂੰਗਾ ਮੈਂ ਕੋਈ ਕਿਸੇ ਤੇ ਨਿੰਦਿਆ ਚੁਗਲੀ ਜਾਂ ਆਲੋਚਨਾ ਇਹ ਕਦੇ ਫੇਰ ਕਰ ਲਾਂਗੇ ਬਾਹਰ ਰੱਖ ਲਾਂਗੇ ਫੰਕਸ਼ਨ ਕਦੇ ਇਹਦੇ ਵਾਸਤੇ ਹੋਰ ਬਹੁਤ ਟਾਈਮ ਹੈ ਸੋ ਬਹੁਤ ਸਾਰੇ ਲੋਕ ਮੈਨੂੰ ਮਿਲਦੇ ਨੇ ਆਪਣਾ ਆਪਣਾ ਫੰਦ ਦੱਸਦੇ ਨੇ ਆਪਣਾ ਆਪਣੀ ਕਲਾ ਦੱਸਦੇ ਨੇ ਪਰਮਾਤਮਾ ਨੇ ਕਿਸੇ ਨੂੰ ਵੀ ਖਾਲੀ ਨਹੀਂ ਭੇਜਿਆ ਇਥੇ ਕੋਈ ਨਾ ਕੋਈ ਕਲਾ ਦੇ ਕੇ ਭੇਜਿਆ ਕਿਸੇ ਦੀ ਲਿਖਾਈ ਬਹੁਤ ਸੋਹਣੀ ਹੁੰਦੀ ਹੈ ਕੋਈ ਖਿਡਾਰੀ ਬਹੁਤ ਸੋਹਣਾ ਹੁੰਦਾ ਹੈ ਕੋਈ ਗੋਲ ਕੀਪਰ ਬਹੁਤ ਸੋਹਣਾ ਹੈ ਕੋਈ ਫਾਰਵਰਡ ਬਹੁਤ ਸੋਹਣਾ ਹੈ ਤੇ ਕੋਈ ਕਲਾਕਾਰ ਬਹੁਤ ਸੋਹਣਾ ਹੈ ਕੋਈ ਲਿਖਦਾ ਹੀ ਬਹੁਤ ਸੋਹਣਾ ਹੈ ਤੇ ਪਰਮਾਤਮਾ ਨੇ ਸਾਨੂੰ ਕੁਝ ਨਾ ਕੁਝ ਕਲਾ ਦੇ ਕੇ ਭੇਜਿਆ ਤੇ ਬਸ਼ਰਤੇ ਕਿ ਅਸੀਂ ਉਹਨੂੰ ਇਸ ਧਰਤੀ ਤੇ ਆ ਕੇ ਉਸ ਕਲਾ ਨੂੰ ਡਿਵੈਲਪ ਕਰ ਲਈਏ ਸਾਨੂੰ ਪਲੈਟਫਾਰਮ ਮਿਲ ਜੇ ਉਹ ਆਪਣੀ ਕਲਾ ਨੂੰ ਉਭਾਰਨ ਦਾ ਤਾਂ ਬਾਬਾ ਜੀ ਨੇ ਤਾਂ ਕਿੰਨੇ ਸੋ ਸਾਲ ਪਹਿਲਾਂ ਦੱਸਤਾ ਸੀ ਜਿਵੇਂ ਪਵਨ ਕਲਾ ਦੀ ਨਿਰਮਾਣ ਦੀ ਗੱਲ ਕਰ ਰਹੇ ਨੇ ਫਰਸ਼ ਦੀ ਗੱਲ ਕਰ ਰਹੇ ਨੇ ਜੇ ਆਪਾਂ ਕਹ ਲਈਏ ਕਿ ਅੱਜ ਲੋੜ ਫੇਰ ਉਹੀ ਸਾਈਕਲ ਜਿਹੜਾ ਵਕਤ ਦਾ ਫੇਰ ਦੁਬਾਰਾ ਪਈਆ ਉੱਥੇ ਆ ਗਿਆ ਅੱਜ ਵੀ ਲੋੜ ਸਕਿੱਲ ਡਿਵੈਲਪਮੈਂਟ ਦੀ ਪੈਣਗੀ ਅੱਜ ਸਕਿੱਲਸ ਜਿਹੜੀਆਂ ਨੇ ਉਹ ਡਿਵੈਲਪ ਕਰਨੀਆਂ ਪੈਣਗੀਆਂ ਜੋ ਬੰਦੇ ਦੇ ਵਿੱਚ ਸਕਿੱਲਸ ਨੇ ਜੋ ਇਨਸਾਨ ਚ ਅੱਜ ਸਕਿੱਲ ਡਿਵੈਲਪਮੈਂਟ ਜੋ ਹੈ ਪੂਰੀ ਦੁਨੀਆ ਦਾ ਇੱਕ ਮੁੱਦਾ ਹੈ ਸਕਿੱਲ ਡਿਵੈਲਪਮੈਂਟ ਬਸ ਸੋ ਬਹੁਤ ਸਾਰੇ ਦੇਸ਼ ਨੇ ਜਿਨ੍ਹਾਂ ਨੇ ਕੈਟੇਗਰੀਜ਼ ਕਰ ਲਿਆ ਕੈਟੇਗਰੀਆਂ ਬਣਾ ਲਿਆ ਸਿੰਗਾਪੁਰਾ ਨੇ ਕੈਟੇਗਰੀ ਬਣਾ ਲਈ ਕਿ ਕਿਹੜਾ ਬੱਚਾ ਕਿੱਧਰ ਨੂੰ ਜਾਊਗਾ ਉਹ ਪਹਿਲਾਂ ਹੀ ਉਹਨੂੰ ਅਲੱਗ ਕਰ ਲੈਂਦੇ ਨੇ ਕਿ ਤੈਨੂੰ ਇਸੇ ਚੀਜ਼ ਦੀ ਟ੍ਰੇਨਿੰਗ ਦੇਣੀ ਹੈ ਕੋਈ ਮਕੈਨਿਕਲ ਵੱਲ ਜਾਣਾ ਚਾਹੁੰਦਾ ਹੈ ਮਕੈਨਿਕਲ ਵੱਲ ਚਲਾ ਜਾਂਦਾ ਹੈ ਕੋਈ ਕੰਪਿਊਟਰ ਵੱਲ ਜਾਣਾ ਚਾਹੁੰਦਾ ਉਧਰ ਚਲੇ ਜਾਂਦਾ ਕੋਈ ਆਈਟੀ ਸੈਕਟਰ ਵੱਲ ਕਿਤੇ ਹੋਰ ਕਿੱਧਰ ਜਾਣਾ ਚਾਹੁੰਦਾ ਕੋਈ ਡਾਕਟਰੀ ਵੱਲ ਜਾਣਾ ਚਾਹੁੰਦਾ ਉਧਰ ਚਲੇ ਜਾਂਦਾ ਉਹਨੂੰ ਉਹੀ ਪੜਾਉਂਦੇ ਨੇ ਬਦਕਿਸਮਤੀ ਨਾਲ ਸਾਡੇ ਕੋਲੇ ਸਾਡੇ ਮੁਲਕ ਚ ਹਜੇ ਕੈਰੀਅਰ ਗਾਈਡੈਂਸ ਦੀ ਕਮੀ ਹੈ ਸਾਨੂੰ ਕੋਈ ਦੱਸਦਾ ਨਹੀਂ ਕਿ ਅਸੀਂ ਕਿਹੜੇ ਸਬਜੈਕਟ ਪੜ੍ਹੀਏ ਬਹੁਤ ਵਾਰੀ ਇਦਾਂ ਹੁੰਦਾ ਹੈ ਕਿ ਕੋਲਜ ਜਾਣੇ ਆ ਐਡਮਿਸ਼ਨ ਲੈਣ ਪ੍ਰੋਸਪੈਕਟ ਖਰੀਦ ਲੈਣੇ ਆ ਫਾਰਮ ਭਰ ਲੈਣੇ ਆ ਫਾਰਮ ਭਰਨ ਵੇਲੇ ਤੱਕ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜੇ ਸਬਜੈਕਟ ਲੈਣੇ ਨੇ ਕੋਈ ਨਾਲ ਜੇ ਆਪਾਂ ਇਕਨੋਮਿਕਸ ਭਰ ਦਾਂਗੇ ਨਾਲ ਦਾ ਖੜਾ ਹੁੰਦਾ ਜਿਹੜਾ ਉਹ ਬਾਈ ਜੀ ਬਹੁਤ ਔਖੀ ਆ ਇਹ ਐਂ ਪੰਗਾ ਨਾ ਲਾਓ ਇਹਦੇ ਨਾਲੋਂ ਤਾਂ ਤੁਸੀਂ ਐਂ ਕਰੋ ਆ ਫਿਜ਼ੀਕਲ ਐਜੂਕੇਸ਼ਨ ਲੈ ਲਓ ਕੋਈ ਫਿਜ਼ੀਕਲ ਐਜੂਕੇਸ਼ਨ ਲੈ ਲਈ ਉਹ ਭਾਈ ਤੇਰਾ ਸਰੀਰ ਫਿਜ਼ੀਕਲ ਐਜੂਕੇਸ਼ਨ ਨਾਲ ਕਿੱਥੇ ਆ ਤੂੰ ਸਿੱਧਾ ਪੰਜਾਬੀ ਇਲੈਕਟਿਵ ਲੈ ਲੈ ਤੂੰ ਮਤਲਬ ਉਹ ਉਸ ਵੇਲੇ ਪਤਾ ਹੀ ਨਹੀਂ ਹੁੰਦਾ ਸਾਨੂੰ ਅਸੀਂ ਕੀ ਪੜਾਂਗੇ ਉਹ ਬੰਦਾ ਸ਼ਾਇਦ ਇਕਨੋਮਿਕਸ ਦੇ ਵਿੱਚ ਵੀਕ ਹੋਵੇ ਮੇਰੀ ਇਕਨੋਮਿਕਸ ਵਧੀਆ ਹੋਵੇ ਸਾਨੂੰ ਕੈਰੀਅਰ ਗਾਈਡੈਂਸ ਦੀ ਬੜੀ ਕਮੀ ਹੈ ਗਵਰਨਮੈਂਟ ਵੱਲੋਂ ਅਸੀਂ ਇਹ ਕਰ ਰਹੇ ਹਾਂ ਹੁਣ ਕਿ ਕੈਰੀਅਰ ਦੇ ਗਾਈਡ ਜਿਹੜੇ ਨੇ ਇਦਾਂ ਦੇ ਬਣਾਈਏ ਜਿਹੜੇ ਤੁਹਾਨੂੰ ਦੱਸਣ ਕਿ ਭਾਈ ਤੁਸੀਂ ਇੱਧਰ ਨੂੰ ਜਾ ਸਕਦੇ ਹੋ ਆ ਸਕਿੱਲ ਤੁਹਾਡੇ ਕੋਲ ਹੈਗੇ ਆ ਜਾਦਾ ਨਹੀਂ ਤਾਂ ਅਸੀਂ ਕੀ ਕਰਦੇ ਆ ਜਿਹੜਾ ਸਪੋਰਟਸ ਵਾਲਾ ਹੁੰਦਾ ਉਹਨੂੰ ਕਿਸੇ ਹੋਰ ਪਾਸੇ ਲਾਇਆ ਹੁੰਦਾ ਜਿਹੜਾ ਹੋਰ ਪਾਸੇ ਵਾਲਾ ਉਹਨੂੰ ਸਪੋਰਟਸ ਲਾਇਆ ਹੁੰਦਾ ਸੋ ਬਹੁਤ ਘੱਟ ਇਸ ਤਰ੍ਹਾਂ ਦੀਆਂ ਲੋਕ ਨੇ ਜਿਨ੍ਹਾਂ ਨੂੰ ਆਪਦੇ ਪੈਸ਼ਨ ਮੁਤਾਬਕ profession ਵੀ ਮਿਲਦੇ ਕਿ ਉਹ ਹੀ ਪੈਸ਼ਨ ਹੋਵੇ ਉਹੀ profession ਹੋਵੇ ਬਹੁਤ ਘੱਟ ਹੈ ਮਾਪਿਆਂ ਵੱਲੋਂ ਵੀ ਹੁਣ ਤਾਂ ਬਹੁਤ ਖੁੱਲ ਗਿਆ ਪਹਿਲਾਂ ਮਾਪਿਆਂ ਵੱਲੋਂ ਵੀ ਹੁੰਦਾ ਸੀ ਡਾਕਟਰ ਬਣਨਾ ਹੈ ਜੇ ਸਾਰੇ ਡਾਕਟਰ ਬਣਗੇ ਮਰੀਜ਼ ਕੌਣ ਬਣੂਗਾ ਪਾਇਲਟ ਬਣਨਾ ਹੈ ਜੇ ਸਾਰੇ ਪਾਇਲਟ ਬਣਗੇ ਸਵਾਰੀਆਂ ਕੌਣ ਬਣਣਗੀਆਂ ਵੀ ਥੱਪਕਾ ਜਾਂਦਾ ਸੀ ਆ ਬਣਨਾ ਹੈ ਅੱਜ ਵੀ ਹੋਣਗੇ ਸ਼ਾਇਦ ਬਹੁਤ ਸਾਰੇ ਮਾਪੇ ਮੈਂ ਇਹ ਸੋਚਦਾ ਧਾਰਨੀਆ ਕਿ ਬੱਚੇ ਦੇ ਆਪਦੇ ਤੇ ਵੀ ਡਿਪੈਂਡ ਕਰਦਾ ਹੈ ਉਹਨੂੰ ਵੀ ਪੁੱਛਿਆ ਜਾਵੇ ਕਿ ਤੂੰ ਕੀ ਬਣਨਾ ਹੈ ਜਿੰਨੇ ਵੀ ਕਾਮਯਾਬ ਬੰਦੇ ਨੇ ਕਲਾਕਾਰੀ ਚਲਾ ਲੋ ਚਾਹੇ ਫਿਲਮਕਾਰੀ ਚਲਾ ਲੋ ਕੋਈ ਬਿਜ਼ਨਸ ਦੇ ਵਿੱਚ ਵੀ ਇਹ ਹਜੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਕਰਦਿਆਂ ਨਾਲ ਤਕਰਾਰ ਕਰਕੇ ਜਾਂ ਬਾਗੀ ਹੋ ਕੇ ਆਉਂਦੇ ਨੇ ਕਿਉਂਕਿ ਉਹ ਕਹਿੰਦੇ ਨਾ ਆਹ ਕਰਨਾ ਮੈਂ ਵੀ ਉਹਨਾਂ ਚਾ ਮੇਰੇ ਬਾਪੂ ਜੀ ਮਾਸਟਰ ਸੀ ਉਹ ਕਹਿੰਦੇ ਵੀ ਨਾ ਇਧਰ ਕਮਾਰਸ ਤੋਂ ਆਤੀ ਮੈਨੂੰ ਉਹ ਕਿੱਥੇ ਕਮਰਸ ਕਿੱਥੇ ਮੇਰਾ ਇਧਰ ਦਾ ਇੰਟਰਸਟ ਤੇ ਚਲੋ ਮੈਂ ਉਹਨਾਂ ਦੀ ਕਹੇ ਨੂੰ ਪਾਲਿਆ ਮੈਂ ਫੁੱਲ ਚੜਾਏ ਉਹਨਾਂ ਦੇ ਹਕਮਤੇ ਬੀਕਾਮ ਵਾਲੇ ਪਾਸੇ ਗਿਆ ਪਰ ਨਾਲ-ਨਾਲ ਮੇਰੀ ਕਲਾ ਵਾਲਾ ਪਾਸਾ ਵੀ ਮੇਰੇ ਅੰਦਰੋਂ ਉੱਠਦਾ ਸੀ ਬਲਵਲੇ ਤਾਂ ਫਿਰ ਜਦੋਂ ਮੈਂ ਲੁਧਿਆਣੇ ਪਹਿਲਾਂ ਯੂਥ ਫੈਸਟੀਵਲਾਂ 'ਚ ਫਿਰ ਮੈਂ ਲੁਧਿਆਣੇ ਆਇਆ ਤੇ ਇਥੋਂ ਕੈਸਟ ਉਦੋਂ ਕੈਸਟ ਵਗੈਰਾ ਚਲਦੀ ਸੀ ਸੀੜੀਆਂ ਆ ਗਈਆਂ ਬਾਅਦ ਸੋ ਉਦੋਂ ਫਿਰ ਮੈਂ ਇਥੋਂ ਸ਼ੁਰੂ ਹੋਇਆ ਸੋ ਲੁਧਿਆਣਾ ਜਿਹੜੀ ਹੈ ਉਹ ਮੇਰੀ ਕਰਮ ਭੂਮੀ ਹੈ ਸੰਗਰੂਰ ਦਾ ਪਿੰਡ ਸਤੌਜ ਮੇਰੀ ਜਨਮ ਭੂਮੀ ਹੈ ਲੁਧਿਆਣਾ ਮੇਰੀ ਕਰਮ ਭੂਮੀ ਹੈ ਜਿੱਥੇ ਮੈਨੂੰ ਕਰੋਨਾ ਦੇ ਬਾਬਾ ਜੀ ਦੇ ਨਾਮ 'ਚ ਬਿਸ਼ਪ ਕਰਮਾ ਸੋ ਕਰ ਮਤਲਬ ਕਰਮ ਭੂਮੀ ਮਤਲਬ ਜਿੱਥੇ ਤੁਸੀਂ ਕੰਮ ਮਿਲਿਆ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਕਰ ਹੁਣ ਤਾਂ ਤੁਸੀਂ ਮੈਨੂੰ ਸਾਰੇ ਪੰਜਾਬ ਚੀ ਕਰਮ ਭੂਮੀ ਬਣਾਤੀ ਮੈਨੇ ਮੇਰੀ ਜ਼ਿੰਮੇਵਾਰੀ ਵੱਡੀ ਲਾਤੀ ਸੋ ਇਹ ਜ਼ਰੂਰੀ ਹੈ ਕਿ ਆਪਾਂ ਸਕੂਲਾਂ ਕਾਲਜਾਂ ਦੇ ਵਿੱਚ ਉਹ ਸਬਜੈਕਟ ਪੜਾਈਏ ਉਹ ਸਕਿਲਸ ਦਸੀਏ ਬੱਚਿਆਂ ਨੂੰ ਜਿਹੜੇ ਅੱਗੇ ਸਕੂਲ ਕਾਲਜ ਦਾ ਗੇਟ ਨਿਕਲਸਾਰ ਉਹਨੂੰ ਕੰਮ ਆਉਂਦੇ ਹੋਣ ਉਹਨੂੰ ਕਿਸੇ ਪਾਸੇ ਇਧਰ ਉਧਰ ਦੇਖਣਾ ਨਾ ਪਵੇ ਆਮ ਤੌਰ ਤੇ ਜਿਹੜੇ ਸਕੂਲ ਨੇ ਸਕੂਲ ਚੋਂ ਪੜ੍ਹ ਕੇ ਬੱਚੇ ਕਾਲਜ ਜਾਂਦੇ ਨੇ ਬੀਏ ਕਰਦੇ ਨੇ ਐਮਏ ਕਰਦੇ ਨੇ ਡਿਗਰੀਆਂ ਲੈ ਲੈਂਦੇ ਨੇ ਐਮਐਸਸੀ ਦੀਆਂ ਡਿਗਰੀਆਂ ਲੈ ਲੀਆਂ ਬੀਐਡ ਦੀਆਂ ਪਰ ਕੰਮ ਨਹੀਂ ਮਿਲਦਾ ਫਿਰ ਉਹ ਧੱਕੇ ਖਾਂਦੇ ਨੇ ਪਰ ਅਸੀਂ ਕੋਸ਼ਿਸ਼ ਸਾਡੀ ਇਹ ਵੀ ਹੈ ਹੁਣ ਕਿ ਨਵੇਂ ਹਸਪਤਾਲ ਬਣਾਵਾਂਗੇ ਨਵੇਂ ਸਕੂਲ ਬਣਾਵਾਂਗੇ ਇਨਫਰਾਸਟ੍ਰਕਚਰ ਬਹੁਤ ਵਧੂਗਾ ਨਵੀਂ ਇੰਡਸਟਰੀ ਆਊਗੀ ਤਾਂ ਅਸੀਂ ਸਾਰੇ ਡਿਗਰੀ ਹੋਲਡਰਸ ਨੂੰ ਅਡਜਸਟ ਕਰਾਂਗੇ ਅਸੀਂ ਸਾਡੇ ਪੰਜਾਬ ਦੇ ਬੱਚਿਆਂ ਨੂੰ ਜੌਬ ਸੀਕਰਸ ਨਹੀਂ ਬਣਾਉਣਾ ਚਾਹੁੰਦੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਅਸੀਂ ਜੌਬ ਸੀਕਰਸ ਨਹੀਂ ਬਣਾਉਣਾ ਚਾਹੁੰਦੇ ਜੌਬ ਪ੍ਰੋਵਾਈਡਰਸ ਬਣਾਉਣਾ ਚਾਹੁੰਦੇ ਆ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣਾਓ ਉਹਨਾਂ ਨੂੰ ਐਪਰੀਸ਼ੀਏਟ ਕਰੋ ਸਟਾਰਟਅਪ ਮਿਲੇ ਕਿਤੋਂ ਨਾ ਕਿਤੋਂ ਕਿਸੇ 'ਚ ਕੋਈ ਕਲਾ ਕਿਸੇ 'ਚ ਕੋਈ ਕਲਾ ਜਿਸ ਤਰ੍ਹਾਂ ਪਹਿਲਾਂ ਕਿਹਾ ਮੈਂ ਪਰ ਉਹਨੂੰ ਐਪਰੀਸ਼ੀਏਟ ਕਰ ਦੋ ਉਹਨੂੰ ਕਿਹਾ ਵੀ ਓਕੇ ਤੂੰ ਵੀ ਇਸ ਇਸ ਆਈਡੀਆ ਤੇ ਲੱਗ ਤੈਨੂੰ ਗਵਰਨਮੈਂਟ ਲੋਨ ਦੇਊਗੀ ਤੈਨੂੰ ਮੁਫਤ ਦੇਊਗੀ ਜਦੋਂ ਕਮਾਉਣ ਲੱਗਾ ਉਹ ਤੋਂ ਮੋੜ ਨਹੀਂ ਇਸ ਪੱਧਰ ਤੇ ਜਦੋਂ ਅਸੀਂ ਆ ਗਏ ਤਾਂ ਜਿਆਦਾ ਦੇਰ ਨਹੀਂ ਲੱਗਣੀ ਪੰਜਾਬ ਨੂੰ ਦੁਬਾਰਾ ਨੰਬਰ 1 ਸੂਬਾ ਬਣਨ ਦੇ ਵਿੱਚ ਸੋ ਅੱਜ ਮੈਨੂੰ ਪਤਾ ਮੈਂ ਵੀ ਖੇਤੀ ਕਰਦੇ ਰਹੇ ਆ ਤਾਂ ਉਹ ਕਹਿੰਦੇ ਜਿਹੜਾ ਮਾੜਾ ਟਰੈਕਟਰ ਹੈ ਨਾ ਉਹ ਬੰਦੇ ਨੂੰ ਮਿਸਤਰੀ ਬਣਾ ਦਿੰਦਾ ਕਿਉਂਕਿ ਉਹ ਰੋਜ਼ ਕਿਤੇ ਨਾ ਕਿਤੇ ਖਰਾਬ ਹੋਇਆ ਰਹਿੰਦਾ ਹੈ ਉੱਥੇ ਹੀ ਖੋਲਣਾ ਪੈਂਦਾ ਸੋ ਮੈਂ ਵੀ 19 ਬਾਈ ਦੀਆਂ ਚਾਬੀਆਂ ਨਾਲ ਬਹੁਤ ਇੰਜਣ ਖੋਲੇ ਨੇ ਆਰਮੇਚਰ ਡੈਨਮੋ ਮੈਂ ਇੰਜਣ ਖੋਲ ਕੇ ਅੱਜ ਵੀ ਬੰਨਦੇ ਨਾ ਦੁਬਾਰੇ ਆ ਹੁਣ ਪੰਜਾਬ ਦਾ ਇੰਜਣ ਬੰਨਣਾ ਹੀ ਲੱਗੇ ਹੋਇਆ ਹੈ ਹਾਲਾਂਕਿ ਪੰਜਾਬ ਦੇ ਇੰਜਨ ਚੋਂ ਬਹੁਤ ਸਾਰੇ ਪੁਰਜ਼ੇ ਚੋਰੀ ਹੋ ਗਏ। ਪਿਸਟਨ ਪਿਸਟਨ ਵੀ ਕੱਢ ਕੇ ਲੈ ਗਏ ਵਿੱਚ ਹੀ। ਜੈਨ ਵੀ ਕੱਢ ਕੇ ਲੈ ਗਏ। ਠੀਕ ਹੈ ਨਾ ਸਪਰਿੰਗ ਨਹੀਂ ਥਾਉਂਦਾ ਕੋਈ। ਪਰ ਆਪਾਂ ਦੁਬਾਰੇ ਸੱਚੀ ਨੀਅਤ ਨਾਲ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਦੁਬਾਰੇ ਪੰਜਾਬ ਦਾ ਇੰਜਨ ਬਣਾਂਗੇ ਤੇ ਨਵੀਂ ਗੱਡੀ ਤਿਆਰ ਹੋਊਗੀ ਸਾਡੇ ਪੰਜਾਬ ਦੀ। ਸੋ ਦੇਸ਼ ਦੇ ਵਿੱਚ ਜੋ ਮਾਹੌਲ ਹੈ ਉਹ ਲੋਕਤੰਤਰ ਲਈ ਕਾਫੀ ਚਿੰਤਾਜਨਕ ਹੈ ਫੈਡਰਲ ਸਟਰਕਚਰ ਜਿਹੜਾ ਹੈ ਉਹ ਉਹਦੇ ਲਈ ਚਿੰਤਾਜਨਕ ਹੈ ਨਫਰਤ ਦੀਆਂ ਗੱਲਾਂ ਹੋ ਰਹੀਆਂ ਨੇ ਤੂੰ ਐਸ ਸਮਾਜ ਦਾ ਹੈ ਉਹ ਐਸ ਸਮਾਜ ਦਾ ਹੈ ਐਸ ਸਮਾਜ ਵਾਲੇ ਐਸ ਸਮਾਜ ਵਾਲੇ ਨਾਲ ਬੁਲਾਇਆ ਕਰੋ ਉਹ ਸਮਾਜ ਵਾਲੇ ਇੱਧਰ ਨਾ ਆਇਆ ਕਰੋ ਉਹ ਇੱਧਰ ਨਾ ਜਾਇਆ ਕਰੋ ਇਹ ਨਹੀਂ ਇਹ ਚੀਜ਼ਾਂ ਨਹੀਂ ਦੇਖੋ ਜਿਹੜਾ ਗੁਲਦਸਤਾ ਹੈ ਜਿਹੜਾ ਫੁੱਲਾਂ ਦਾ ਬਾਗ ਹੈ ਮੁਗਲ ਗਾਰਡਨ ਹੈ ਰਾਸ਼ਟਰਪਤੀ ਭਵਨ ਚ ਹਰ ਰੋਜ਼ ਹਜ਼ਾਰਾਂ ਲੋਕ ਉਹਨੂੰ ਦੇਖਣ ਜਾਂਦੇ ਆ ਆਪਾਂ ਵੀ ਪਾਰਕਾਂ ਚ ਫੁੱਲ ਲੱਗੇ ਨੇ ਆਪਾਂ ਦੇਖਣ ਜਾਂਦੇ ਆ ਆਪਾਂ ਆਪਣੇ ਘਰੇ ਫੁਲਵਾੜੀ ਚ ਫੁੱਲ ਆਉਂਦੇ ਆ ਕਿਉਂ ਦੇਖਣ ਜਾਂਦੇ ਆ ਲੋਕ ਫੁੱਲਾਂ ਦੇ ਗੁਲਦਸਤੇ ਨੂੰ ਜਾਂ ਫੁੱਲਾਂ ਦੇ ਗਾਰਡਨ ਨੂੰ ਕਿਉਂਕਿ ਉਹਦੇ ਵਿੱਚ ਹਰੇਕ ਫੁੱਲ ਦਾ ਆਪਣਾ ਆਪਣਾ ਰੰਗ ਹੁੰਦਾ ਹੈ ਕੋਈ ਨੀਲਾ ਹੈ ਕੋਈ ਫਿੱਕਾ ਹਰਾ ਹੈ ਕੋਈ ਹਰਾ ਹੈ ਕਿਸੇ ਦੀਆਂ ਪੱਤੀਆਂ ਕਿੰਨੀਆਂ ਸੋਹਣੀਆਂ ਤਾਂ ਗੁਲਦਸਤਾ ਲੱਗਦਾ ਜੇ ਇੱਕੋ ਤੁਹਾਡੇ ਆਪਦੇ ਘਰ ਦੇ ਗੁਲਦਸਤੇ ਫੁੱਲਵਾੜੀ 'ਚ ਦੇਖ ਲਿਓ ਜੇ ਇੱਕੋ ਰੰਗ ਦੇ ਲਾ ਲੋਂਗੇ ਫੁੱਲ ਸਾਰੇ ਦੂਜੇ ਤੀਜੇ ਦਿਨ ਬੋਰ ਹੋ ਜਾਓਗੇ ਤੁਸੀਂ ਉਹਨੂੰ ਦੇਖਾਉਂਗੇ ਨਹੀਂ ਸੋ ਸਾਡਾ ਦੇਸ਼ ਜਿਹੜਾ ਹੈ ਅਲੱਗ-ਅਲੱਗ ਰੰਗਾਂ ਦਾ ਫੁੱਲ ਨੇ ਸਾਡੇ ਕੋਲੇ ਆ ਸਾਹਮਣੇ ਮੇਰੇ ਬੈਠੇ ਨੇ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਰੰਗਾਂ ਦੇ ਫੁੱਲ ਨੇ ਤਾਂ ਹੀ ਉਹ ਸਾਡਾ ਦੇਸ਼ ਜਿਹੜਾ ਹੈ ਉਹ ਇੱਕ ਗੁਲਦਸਤਾ ਲੱਗਦਾ ਕਿ ਫੁੱਲਾਂ ਦੇ ਰੰਗ ਅਲੱਗ-ਅਲੱਗ ਨੇ ਕਲਚਰ ਅਲੱਗ-ਅਲੱਗ ਹੈ ਭਾਸ਼ਾਵਾਂ ਅਲੱਗ-ਅਲੱਗ ਨੇ ਤੇ ਦੇਸ਼ ਹੈ ਪਰਲੀਮੈਂਟ ਚ ਡਿਬੇਟ ਚੱਲ ਰਹੀ ਸੀ ਉਦੋਂ ਮੈਂ ਐਮਪੀ ਦੇ ਤੌਰ ਤੇ ਸੀ ਕਿ ਜੀ ਆ ਸਮਾਜ ਨੂੰ ਐ ਕਰ ਦਿਆਂਗੇ ਉਹਨੂੰ ਆ ਕਰ ਦਾਂਗੇ بڑے-ਬڑے ਢੇਡ-ਢੇਡ ਘੰਟੇ ਦੇ ਭਾਸ਼ਣ ਦਿੱਤੇ ਬੋਲੀ ਗਏ ਆਪਸ ਚ ਲੜੀ ਗਏ ਮੈਂ ਬੈਠਾ ਦੇਖੀ ਗਿਆ ਮੈਂ ਕਿ ਚਲੋ ਕੋਈ ਨਹੀਂ ਤਾਂ ਮੇਰੀ ਵਾਰੀ ਆਉਣੀ ਸੀ ਮੈਂ ਕਿਉਂਕਿ ਮੈਂ ਇੱਕੋ ਹੀ ਐਮਪੀ ਸੀ ਅਖੀਰ ਦੇ ਵਿੱਚ ਹੀ ਆਉਣੀ ਹੁੰਦੀ ਸੀ ਵਾਰੀ ਅਖੀਰ ਵੀ ਉਹ ਕਹਿੰਦੇ ਜੀ ਬਹੁਤ ਲੇਟ ਹੋ ਗਿਆ ਚਲੋ ਛੱਡੋ ਹੁਣ ਮੰਤਰੀ ਸਾਹਿਬ ਨੇ ਜਵਾਬ ਦੇਣਾ ਮੈਂ ਕਿਹਾ ਸਪੀਕਰ ਸਾਹਿਬ ਥੋੜਾ ਜਿਹਾ ਟਾਈਮ ਤਾਂ ਦੇ ਦਿਓ ਆਮ ਆਦੀ ਪਾਰਟੀ ਵੱਲੋਂ ਆ ਮੈਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਨਹੀਂ ਨਹੀਂ ਕਹਿੰਦੇ ਹੁਣ ਹੋ ਗਿਆ ਸਾਰੇ ਬੋਲ ਲੇ ਹੁਣ ਮੈਂ ਕਿਹਾ ਸਰ 30 ਸੈਕਿੰਡ ਦੇ ਦਿਓ ਕਹਿੰਦੇ 30 ਸੈਕਿੰਡ ਚ ਕੀ ਬੋਲੇਗਾ ਮੈਂ ਸਰ ਇਹਨਾਂ ਵਾਲੇ ਡੇਢ ਘੰਟੇ ਤੋਂ ਵਧੀਆ ਬੋਲਾਂਗਾ 30 ਸੈਕਿੰਡ ਦੇ ਦਿਓ कहते चल ठीक है ल थर्टी सेकेंड मैं क्या जी बहुत सारे बुलारे बोले ने आ समाज नए कर देंगे इनू ए कर देंगे इनू आह जोड़ा ऐ तोड़ा मैं मैं तो यही कहना चाहूँगा लंबे सफर को मीलों में मत बांटिए लंबे सफर को मीलों में मत बांटिए कौम को कबीलों में मत बांटिए एक बहता दरिया है मेरा भारत देश इसको नदियों और झीलों में मत बांटिए ਸੋ ਸਾਡਾ ਦਰਿਆ ਵਰਗਾ ਦੇਸ਼ ਹੈ ਇਹਨੂੰ ਵਗਣ ਦਿਓ ਆਪ ਮੁਹਾਰੇ ਵਗਣ ਦਿਓ ਇਹਨੂੰ ਕਿਉਂ ਇਹਨੂੰ ਤੁਸੀਂ ਪਾਣੀ ਦੇ ਵਹਾਅ ਬਦਲੀ ਜਾਂਨੇ ਹੋ ਝੀਲਾਂ ਬਣਾਵਾਂਗੇ ਇਹਦੇ ਚੋਂ ਕੱਢ ਗਿਆ ਕਰ ਸੋ ਇਸ ਕਰਕੇ ਇਨਸਾਨੀਅਤ ਜਿਹੜੀ ਹੈ ਉਹ ਸਭ ਤੋਂ ਵੱਡਾ ਧਰਮ ਹੈ ਸਾਡੇ ਗੁਰੂਆਂ ਪੀਰਾਂ ਨੇ ਇਹੀ ਦੱਸਿਆ ਸਾਡੇ ਕੋਲ ਤਾਂ ਇੰਨਾ ਖਜ਼ਾਨਾ ਹੈ ਗੁਰੂ ਸ਼ਹੀਦ ਸਾਡੇ ਫਕੀਰ ਸਾਡੇ ਕੋਲ ਤਾਂ ਅਜ ਅਸੀਂ ਮਨ ਲਾ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਦਾ ਮੇਲਾ ਲੱਗਦਾ ਅਸੀਂ ਇੱਕ ਦੂਜੇ ਦੇ ਤਿਹਾਰਾਂ ਦੇ ਜਿਹੜੇ ਨੇ ਉਹ ਉਹ ਮਨਾਉਨੇ ਆ ਦਿਨ ਤੁਸੀਂ ਇਹ ਦੇਖੋ ਜੇ ਥੋੜਾ ਜਿਹਾ ਗੌਰ ਨਾਲ ਦੇਖੀਏ ਕਹਿੰਦੇ ਜੀ ਰਮਜ਼ਾਨ ਕਹਿੰਦੇ ਜੀ ਮੁਸਲਮਾਨਾਂ ਦਾ ਤਿਹਾਰ ਹੈ ਪਰ ਜੇ ਰਮਜ਼ਾਨ ਨੂੰ ਅੰਗਰੇਜ਼ੀ ਚ ਲਿਖਣਾ ਹੋਵੇ ਕਿਵੇਂ ਲਿਖੋਗੇ R A M Z A N ਪਹਿਲੇ ਤੇ ਨਖਰ ਕੀ ਬਣਦਾ ਜੀ RAM ਕਹਿੰਦੇ ਜੀ ਦੀਵਾਲੀ ਕਹਿੰਦੇ ਹਿੰਦੂਆਂ ਦਾ ਤਿਹਾਰਾ ਜੀ ਮਨ ਮਨਾਉਣਾ ਨਹੀਂ ਤਾਂ ਸੀ ਦੀਵਾਲੀ ਨੂੰ ਅੰਗਰੇਜ਼ੀ ਚ ਲਿਖੀਏ D I W A L I ਆਖਰੀ ਤੇ ਨਖਰਾਂ ਦਾ ਕੀ ਬਣਦਾ ਜੀ ਅਲੀ ਸਾਡੇ ਦੇਵਤਿਆਂ ਦੇ ਨਾਮ ਇੱਕ ਦੂਜੇ ਦੇ ਤਿਹਾੜਾਂ ਚ ਨੇ ਤੇ ਅਸੀਂ ਕਹਿੰਨੇ ਇਹਦਾ ਇਹਦਾ ਦੱਸੋ ਇਧਰ ਆਲੀ ਆ ਉਧਰ ਰਾ ਸੂਇਸ ਕਰਕੇ ਇਹ ਜਿਹੜੀਆਂ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਨੇ ਪੰਜਾਬ ਤਾਂ ਖੈਰ ਪਹਿਲੇ ਦਿਨੋਂ ਭਾਈਚਾਰਕ ਸਾਂਝ ਲਈ ਮੰਨਿਆ ਗਿਆ ਸੋਸ਼ਲ ਬੌਂਡਿੰਗ ਬਹੁਤ ਵਧੀਆ ਆਪਣੀ ਇਹਨੂੰ ਤੋੜਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਉਹ ਸਾਡੇ ਭਾਈਚਾਰੇ ਨੂੰ ਤੋੜ ਨਹੀਂ ਸਕਦੇ ਸੋ ਮੈਂ ਅੱਜ ਇਸ ਮੌਕੇ ਤੇ ਬਾਬਾ ਬਿਸ਼ਕਰ ਪੁਸ਼ਕਰਮਾ ਜੀ ਦੇ ਮੌਕੇ ਤੇ ਉਹਨਾਂ ਦੇ ਦਿਨ ਨੂੰ ਦਿਹਾੜੇ ਨੂੰ ਯਾਦ ਕਰਦੇ ਹੋਏ ਕਿਉਂਕਿ ਉਹਨਾਂ ਨੇ ਵੀ ਛੋਟੇ-ਛੋਟੇ ਇੱਟਾਂ ਜੋੜੀਆਂ ਸੀ ਜੋੜ ਕੇ ਵੱਡੇ ਭਵਨ ਬਣਾਏ ਸੀ ਉਹ ਸ਼ਿਲਪਕਾਰ ਉਹ ਕਲਾਕ੍ਰਿਤੀਆਂ ਕ੍ਰੀਏਟਿਵ ਜਿਹੜੀ ਕ੍ਰੀਏਟੀਵਿਟੀ ਹੈ ਆਪਾਂ ਰੱਬ ਨੂੰ ਕ੍ਰੀਏਟਿਵ ਮੰਨਦੇ ਆਂ ਕਿ ਭਗਵਾਨ ਸਿਰਜਣਹਾਰ ਹੈ ਕ੍ਰੀਏਟਿਵ ਹੈ ਸੋ ਜਿਹੜੇ ਕ੍ਰੀਏਟਿਵ ਲੋਕ ਹੁੰਦੇ ਨੇ ਧਰਤੀ ਦੇ ਭਾਵੇਂ ਉਹ ਪੇਂਟਿੰਗ ਬਣਾਉਂਦੇ ਆ ਭਾਵੇਂ ਗਾਣਾ ਲਿਖਦੇ ਆ ਭਾਵੇਂ ਕੋਈ ਕੋਈ ਇੰਡਸਟਰੀ ਦੇ ਵਿੱਚ ਕੋਈ ਚੀਜ਼ ਬਣਾਉਂਦੇ ਆ ਇਹਦਾ ਮਤਲਬ ਉਹ ਵੀ ਕ੍ਰੀਏਟ ਕ੍ਰੀਏਟਿਵ ਨੇ ਜਿਹੜੇ ਕ੍ਰੀਏਟਿਵ ਲੋਕ ਹੁੰਦੇ ਨੇ ਉਹ ਹਮੇਸ਼ਾ ਰੱਬ ਨੂੰ ਬਹੁਤ ਜ਼ਿਆਦਾ ਨੇੜੇ ਹੁੰਦੇ ਨੇ ਰੱਬ ਦੇ ਤੇ ਉਹ ਇਮੋਸ਼ਨਲ ਵੀ ਹੁੰਦੇ ਨੇ ਸੋ ਇਸ ਕਰਕੇ ਕ੍ਰੀਏਟੀਵਿਟੀ ਨੂੰ ਹੌਸਲਾ ਬੜਾਈਏ ਕ੍ਰੀਏਟੀਵਿਟੀ ਦਾ ਰਚਨਾ ਕੋਈ ਕਿਸੇ ਚੀਜ਼ ਦੀ ਰਚਨਾ ਕਰਨੀ ਰਚਨਾਤਮਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਵੱਲ ਆਪਾਂ ਚੱਲੀਏ ਸਿਖਾਈਏ ਪਿਛਲੇ ਬਜ਼ੁਰਗ ਐਂ ਕਰਕੇ ਜਾਂਦੇ ਸੀ ਹਲ ਪਾਉਣਾ ਆਪਣੇ ਮੁੰਡੇ ਨੂੰ ਸਿਖਾ ਦਿੰਦੇ ਸੀ ਉਹ ਕਰਦਾ ਸੀ ਕੰਮ ਬੱਟਾ ਪਾਉਣੀਆਂ ਉਸ ਗਾਂ ਦੇ ਸੀ ਦੁਕਾਨਦਾਰ ਆਪਣੇ ਬੇਟੇ ਨੂੰ ਦੁਕਾਨਦਾਰੀ ਸਿਖਾ ਦਿੰਦਾ ਸੀ ਭਾਈ ਤੂੰ ਦੁਕਾਨ ਸੰਭਣੀਆ ਹੁਣ ਹਲਵਾਈ ਆਪਣੇ ਬੇੜੇ ਨੂੰ ਜਲੇਬੀਆਂ ਬਣਾਉਣੀਆਂ ਮਠਾਈਆਂ ਬਣਾਉਣੀਆਂ ਸਿਖਾ ਦਿੰਦਾ ਸੀ ਸੋ ਇਸ ਕਰਕੇ ਇਹ ਸਾਡੇ ਕਈ ਤਾਂ ਐਸੇ ਕੰਮ ਨੇ ਜਿਹੜੇ ਪੀੜ੍ਹੀਆਂ ਤੋਂ ਚੱਲਦੇ ਆ ਰਹੇ ਨੇ ਪੀੜ੍ਹੀਆਂ ਤੋਂ ਮੈਂ ਪਿਛਲੇ ਦਿਨੀ ਜਰਮਨੀ ਗਿਆ ਮੈਨੂੰ ਇਹ ਪਤਾ ਲੱਗਿਆ ਕਿ ਉੱਥੇ ਜਰਮਨੀ ਚ ਪਰਿਵਾਰਾਂ ਦੀਆਂ ਨੇ ਕੰਪਨੀਆਂ ਸਾਰੀਆਂ ਬੋਸ਼ ਕੰਪਨੀ ਐ ਕੋਈ ਸੁਣਿਆ ਹੋਣਾ ਬਹੁਤ ਫੇਮਸ ਕੰਪਨੀ ਹੈ 5% ਸਿਰਫ ਪਰਿਵਾਰ ਨੂੰ ਆਉਂਦਾ ਹੈ 95% ਲੋਕਾਂ ਨੂੰ ਦਾਨ ਕਰ ਦਿੰਦੇ ਨੇ ਲੋ ਆਪਣੇ ਇੱਥੇ ਕੀ ਹੈ ਇੱਥੇ ਸੀ ਅਮੀਰਾਂ ਦੀ ਸੂਚੀ 'ਚ ਤਾਂ ਆ ਜਾਂਦੇ ਆ ਦਾਨੀਆਂ ਦੀ ਸੂਚੀ ਸਾਡਾ ਨਾਂ ਨਹੀਂ ਆਉਂਦਾ ਕਿਉਂਕਿ ਇਹਦੇ ਵਾਸਤੇ ਦਿਲ ਵੱਡਾ ਚਾਹੀਦਾ ਬਹੁਤ ਸਾਰੇ ਵੱਡੇ ਵੱਡੇ ਲੋਕ ਪੈਣ ਨੇ ਮੈਂ ਇਹ ਨਹੀਂ ਕਹਿੰਦਾ ਹੈ ਨਹੀਂ ਜਿਹੜੇ ਦਾਨ ਕਰਦੇ ਨੇ ਜਿਹੜੇ ਕਿਸੇ ਡਿੱਗੇ ਪਏ ਦੀ ਉਂਗਲ ਫੜ ਕੇ ਉਹਨੂੰ ਉਠਾਉਂਦੇ ਨੇ ਕਿਸੇ ਦੀ ਕਿਤਾਬ ਦਾ ਵਰਕਾ ਬਣਦੇ ਨੇ ਕਿਸੇ ਦੇ ਜ਼ਖਮ ਦੀ ਮੱਲਮ ਬਣਦੇ ਨੇ ਸੋ ਇੱਕ ਦੂਜੇ ਨੂੰ ਜੇ ਆਪਾਂ ਹੈਲਪ ਕਰੀਏ ਕਿਉਂਕਿ ਰੱਬ ਰੱਬ ਕੋਈ ਪਤਾ ਨਹੀਂ ਕਿਹੜੇ ਪੇਸਟ ਤਰ੍ਹਾਂ ਫਿਰਦਾ ਹੈ ਉਹ ਇੱਕ ਮੈਂ ਕਿਤੇ ਫੰਕਸ਼ਨ ਤੇ ਗਿਆ ਇੱਕ ਬੱਚਾ ਆਇਆ ਉਹ ਜਿਵੇਂ ਆਪਾਂ ਕਹਿੰਦੇ ਸਪੈਸ਼ਲ ਕਿੱਡ ਸੀਗਾ ਥੋੜਾ ਸਿੱਧਰਾ ਸੀਗਾ ਉਹ ਆਇਆ ਤੇ ਉਹਨੂੰ ਸਿਕਿਉਰਿਟੀ ਵਾਲੇ ਰੋਕਣ ਲੱਗੇ ਮੈਂ ਕਹਿੰਦਾ ਨਹੀਂ 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 ਭੇਜ ਦੇ ਉਹਨੂੰ ਮੇਰੇ ਕੋਲ ਭੇਜ ਦੇ ਤੇ ਉਹ ਮੈਂ ਫੋਟੋ ਖਿਚਾਈ ਉਹ ਮੈਨੂੰ ਕਹਿੰਦੇ ਸਾਰੇ ਕਹਿੰਦੇ ਵੀ ਤੁਸੀਂ ਇਹਦੇ ਨਾਲ ਫੋਟੋ ਕਿਉਂ ਖਿਚਾਈਏ ਮੈਂ ਕਿਹਾ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਕਿਹੜੇ ਭੇਸ ਚ ਕੀ ਪਤਾ ਕਿਹੜੇ ਭੇਸ ਚ ਰੱਬ ਆਪਣੇ ਟੈਸਟ ਲੈਂਦਾ ਫਿਰਦਾ ਹੈ ਕਿ ਭਾਈ ਤੁਹਾਨੂੰ ਅਸੀਂ ਮਨ ਇਨਸਾਨ ਬਣਾ ਕੇ ਭੇਜਿਆ ਹੈਗੀ ਬੱਚੀ ਐ ਥੋੜੀ ਬਹੁਤਕ ਨਹੀਂ ਸੋ ਇਸ ਕਰਕੇ ਦੂਜਿਆਂ ਦੀ ਹੈਲਪ ਕਰੋ ਔਰ ਆਪਾਂ ਥੋੜੇ ਜਿਹਾ ਕਲਚਰ ਪਦਾਰਥਵਾਦੀ ਹੋ ਗਿਆ ਆਪਣੇ ਹੈਲਪ ਕਰਨ ਦੀ ਬਜਾਏ ਉਹ ਗੱਲ ਐ ਮੈਂ ਕੀਤਾ ਸੀ ਇਹ ਫਲਪਰ ਚੈਲੰਜ ਕਿ ਉਹ ਆਦਮੀ ਬਹੁਤ ਦੁਖੀ ਹੈ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੁਖੀ ਹੈ ਅਸੀਂ ਤਾਂ ਗਵਾਂਡੀਆਂ ਦੀ ਕਾਰ ਹੀ ਨਹੀਂ ਦੇਖ ਦੇਖ ਸੌਂਦੇ ਹਾਂ ਵੀ ਕਿਉਂ ਆ ਗਈ ਹਾਰਨ ਕਿਉਂ ਮਾਰਦਾ ਹੈ ਛਰੀਟਾਂ ਪਾਵਾਂਗੇ ਆਏ ਨਹੀਂ ਸੋਚਦੇ ਵੀ ਮਿਹਨਤ ਕਰਕੇ ਅਸੀਂ ਵੀ ਲਿਆਵਾਂਗੇ ਸੋ ਥੋੜਾ ਜਿਆਦਾ ਪਦਾਰਥਵਾਦੀ ਹੋ ਗਏ ਲੰਬੀਆਂ ਦੌੜਾਂ 'ਚ ਪੈ ਗਏ ਪਤਾ ਨਹੀਂ। ਤੁਨੀ ਥੋੜਾ ਜਿਹਾ ਰੁੱਕ ਕੇ ਠਹਿਰ ਕੇ ਸਮਾਜ ਪ੍ਰਤੀ ਵੀ ਜ਼ਿੰਮੇਵਾਰੀਆਂ ਨੇ ਉਹ ਵੀ ਨਿਭਾਉਣੀਆਂ ਚਾਹੀਦੀਆਂ। ਕਿਸੇ ਬੰਦੇ ਨੇ ਭਗਤੀ ਕੀਤੀ ਤਾਂ ਦੇਵਤਾ ਪ੍ਰਗਟ ਹੋ ਗਏ। ਉਹ ਦੇਵਤਾ ਨੇ ਕਿਹਾ ਮੈਂ ਤੇਰੀ ਭਗਤੀ ਤੋਂ ਬਹੁਤ ਖੁਸ਼ ਹਾਂ। ਤੂੰ ਮੰਗ ਲੈ ਜੋ ਮੰਗਣਾ ਹੈ। ਮੈਂ ਤੇਰੀ ਭਗਤੀ ਤੋਂ ਖੁਸ਼ ਹਾਂ। ਪਰ ਤੇਰੇ ਗਵੰਡੀ ਨੇ ਤੇਰੇ ਨਾਲੋਂ ਦੁੱਗਣੀ ਭਗਤੀ ਕੀਤੀ ਹੋਈ ਹੈ। ਚਲੋ ਹੁਣ ਆਇਆ ਤਾਂ ਹੈਗਾ ਹੀ ਆ ਮੈਂ ਇਸ ਕਲੋਨੀ ਚ ਚਲੋ ਉਹਨੂੰ ਵੀ ਉਹਦਾ ਫਲ ਦੇ ਦਿੰਨੇ ਆ ਤੂੰ ਜੋ ਮੰਗੇਗਾ ਉਹਨੂੰ ਦੁੱਗਣਾ ਮਿਲੂਗਾ ਆਂਢੀ ਨੂੰ ਜੇ ਤੂੰ 10 ਲੱਖ ਮੰਗੇਗਾ ਉਹ 20 ਲੱਖ ਮਿਲੂ ਉਹਨੂੰ ਜੇ ਤੂੰ ਇੱਕ ਕਾਰ ਮੰਗੇਗਾ ਉਹਨੂੰ ਦੋ ਮਿਲਣਗੀਆਂ ਤਾਂ ਫਿਰ ਉਹਨੇ ਕਿਹਾ ਦੇਵਤਾ ਨੂੰ ਕਹਿੰਦਾ ਦੇਵਤਾ ਜੀ ਫਿਰ ਐਂ ਗੱਲ ਐ ਕਹਿੰਦਾ ਹਾਂਜੀ ਕਹਿੰਦਾ ਜੀ ਮੈਨੂੰ ਇੱਕ ਅੱਖ ਤੋਂ ਕਾਣਾ ਕਰਕੇ ਮੇਰੇ ਘਰ ਮੂਰੇ ਇੱਕ ਖੂਹ ਭੱਟ ਦੋ ਹੁਣ ਉਹਨੂੰ ਡਬਲ ਹੋਊਗਾ ਜੀ ਉਹ ਅੰਨਾ ਹੋਊਗਾ ਦੋ ਖੂ ਪੱਟੇ ਜਾਣਗੇ ਉਹ ਤਾਂ ਪਹਿਲੇ ਦਿਨ ਹੀ ਡਿੱਗੂਗਾ ਖੋਜ ਅਸੀਂ ਆਪਕਾਣੇ ਹੋ ਜਾਾਂਗੇ ਪਰ ਗਵਾਂਢੀ ਨਹੀਂ ਜਰ ਸਕਦੇ ਉਹ ਇਹ ਆਪਾਂ ਨੂੰ ਦੇਖਣਾ ਪਊਗਾ ਕਿ ਦੋਸਤ ਬਦਲੇ ਜਾ ਸਕਦੇ ਨੇ ਗਵਾਂਢੀ ਨਹੀਂ ਬਦਲੇ ਜਾ ਸਕਦਾ ਪਿਆਰ ਨਾ ਰਹੀਏ ਸਾਰੇ ਤਰੱਕੀ ਨੂੰ ਤਰੱਕੀ ਉਦੋਂ ਕਿਹਾ ਜਾਂਦਾ ਜਦੋਂ ਸਾਰੇ ਇਕੱਠੇ ਤਰੱਕੀ ਕਰਨ ਕਿਸੇ ਨੂੰ ਠਿੱਬੀ ਲਾ ਕੇ ਉਹਨੂੰ ਥੱਲੇ ਕਰਕੇ ਆਪ ਉੱਪਰ ਹੋਣ ਨੂੰ ਤਰੱਕੀ ਨਹੀਂ ਕਿਹਾ ਜਾਂਦਾ ਸਮਾਜਿਤ ਰੱਖੀ ਉਦੋਂ ਕਰਦਾ ਜਦੋਂ ਸਾਰੇ ਤਰਕੀ ਕਰਨ ਜਦੋਂ ਜਦੋਂ ਗਰੀਬ ਰੇੜੀ ਵਾਲੇ ਦਾ ਵੀ ਇਨਕਮ ਵਧੇ ਵੱਡੇ ਇੰਡਸਟਰੀਲਿਸਟ ਦੇ ਵੀ ਵਧੇ ਮੁਲਾਜ਼ਮ ਵੀ ਖੁਸ਼ ਹੋਣ ਸਾਰਾ ਵਰਗ ਖੁਸ਼ ਉਹਨੂੰ ਉਹਨੂੰ ਖੁਸ਼ਹਾਲ ਸਮਾਜ ਕਿਹਾ ਜਾਂਦਾ ਹੈ ਜੇ ਕੋਈ ਕਿਸੇ ਨੂੰ ਠੱਗੀ ਠੋਰੀ ਮਾਰ ਕੇ ਕਿਸੇ ਦੇ ਪੈਸੇ ਦੱਬ ਕੇ ਕਿਸੇ ਤੋਂ ਕ腐ਸ਼ਨ ਲੈ ਕਰਕੇ ਪੈਸੇ ਕਮਾ ਤਾਂ ਲਓਗੇ ਮੁੜ ਕੇ ਜਾਣਾ ਕਿੱਥੇ ਹੈ ਦਿਲ ਚ ਡਰ ਬਹਿ ਜਾਂਦਾ ਹੈ ਚੋਰ ਦੇ ਦਿਲ ਚ ਪਾਲਾ ਹੁੰਦਾ ਆ ਪੰਜ ਦਿਨ ਪਹਿਲਾਂ ਤੁਸੀਂ ਦੇਖਿਆ ਤਾਂ ਹੈਗਾ ਆਪ ਹੀ ਆ ਗਿਆ ਇੱਕ ਅਸੀਂ ਤਾਂ ਕੁਝ ਕਿਹਾ ਵੀ ਨਹੀਂ ਸੀ ਆਪ ਹੀ ਆ ਗਿਆ ਕਿਉਂਕਿ ਉਹਨੂੰ ਡਰੀ ਜਾਂਦਾ ਸੀ ਮੈਨੂੰ ਫੜਨਗੇ ਹੱਦ ਇਹ ਹੈ ਕਿ ਜਦੋਂ ਘਰ ਦੀ ਤਲਾਸ਼ੀ ਲਈ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਹੈ ਘੜੋਂ ਕਰੇ ਰੱਖਦਾ ਹੁੰਦਾ ਕੋਈ ਨੋਟ ਗਿਣਨ ਵਾਲੀ ਮਸ਼ੀਨ ਨੋਟਾਂ ਵਾਸਤੇ ਰੱਖੀ ਜਾਂਦੀ ਹੈ ਹਰ ਤਾਸ਼ ਥੋੜੀ ਖੇਡਦਾ ਹੋ ਉਹਦੇ ਨਾਲ ਉਹ ਨੋਡ ਗਣ ਵਾਲੀ ਮਸ਼ੀਨ ਪਈ ਆਥੇ ਘਰੇ ਸੋ ਇਸ ਕਰਕੇ ਉਹ ਹੈ ਜੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਜਿਹਦੇ ਵਿੱਚ ਡਰ ਹੋਵੇ ਭੈ ਹੋਵੇ ਮਿਹਨਤ ਕਰਕੇ ਖਾਦੀ ਹੋਵੇ ਆਪਣੇ ਹੱਥਾਂ ਨਾਲ ਕਿਰਤ ਕਮਾਈ ਕੀਤੀ ਹੋਵੇ ਦੁਗਣੀ ਨੀਂਦ ਆਉਂਦੀ ਹੈ ਗੂੜੀ ਨੀਂਦ ਆਉਂਦੀ ਹੈ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਸੋ ਮੈਂ ਹੀ ਤੁਹਾਨੂੰ ਬੇਨਤੀ ਕਰੂੰਗਾ ਅੱਜ ਭਗਵਾਨ ਬਿਸ਼ੂ ਕਰਮਾ ਜੀ ਦੇ ਦਿਨਾਂ ਹੈ ਉਨ ਉਸ ਮੌਕੇ ਤੇ ਆਪਾਂ ਸਾਰੇ ਪ੍ਰਣ ਕਰੀਏ ਕਿ ਜਿੰਨੀ ਪ੍ਰਮਾਤਮਾ ਦੇਈ ਜਾਂਦਾ ਹੈ ਬਸ ਉਨੀ ਨਾਲ ਹੀ ਸਫਰ ਕਰੀਏ ਜਿਆਦਾ ਇੱਕ ਦੂਜੇ ਤੋਂ ਖੋਣ ਦੀ ਪ੍ਰਵਿਰਤੀ ਜਿਹੜੀ ਉਹ ਬੰਦ ਹੋ ਜੇ ਔਰ ਅਸੀਂ ਸਾਡੇ ਤੇ ਕਿਰਪਾ ਕਰੇ ਭਗਵਾਨ ਮੈਂ ਤੇ ਹੀਰਦਾਸ ਕਰਦਾ ਹੁਣਾ ਪ੍ਰਮਾਤਮਾ ਮੈਨੂੰ ਬਲ ਬਖਸ਼ੇ ਬੁੱਧੀ ਬਖਸ਼ੇ ਕਈ ਵਾਰੀ ਸੱਤਾ ਜਿਹੜੀ ਹੈ ਉਹ ਦਿਮਾਗ ਨੂੰ ਚੜ ਜਾਂਦੀ ਹੈ ਫਿਰ ਗਲਤ ਫੈਸਲੇ ਹੋ ਜਾਂਦੇ ਨੇ ਮੈਂ ਤਾਂ ਹਰ ਵਕਤ ਇਹੀ ਅਰਦਾਸ ਕਰਦਾ ਹਾਂ ਨਾ ਕਿ ਰੱਬ ਮੈਨੂੰ ਬਲ ਬਖਸ਼ੇ ਤੇ ਬੁੱਧੀ ਬਖਸ਼ੇ ਕੋਈ ਗਲਤੀ ਗਲਤੀ ਨਾਲ ਵੀ ਗਲਤ ਕੰਮ ਨਾ ਹੋ ਜਾਏ ਸੋ ਮੈਂ ਕੋਸ਼ਿਸ਼ ਇਹੀ ਕਰਦਾ ਰਹੂੰਗਾ ਜਿਹੜਾ ਵਿਸ਼ਵਾਸ ਤੁਸੀਂ ਮੇਰੇ 'ਚ ਤੇ ਮੇਰੀ ਟੀਮ 'ਚ ਕੀਤਾ ਉਹ ਵਿਸ਼ਵਾਸ ਨੂੰ ਮੈਂ ਕਦੇ ਟੁੱਟਣ ਨਹੀਂ ਦੇਵਾਂਗਾ ਔਰ ਜਿੰਨਾ ਬੈਸਟ ਐਫਰਟਸ ਮੈਂ ਕਰ ਸਕਦਾ ਹੋਊਂਗਾ ਮੈਂ ਕਰੂੰਗਾ ਔਰ ਉਹਦੇ ਲਈ ਮੈਨੂੰ ਭਾਵੇਂ ਦਿਨ ਰਾਤ ਇੱਕ ਕਰਨਾ ਪਵੇ ਭਾਵੇਂ ਜਿੰਨੀ ਮਰਜ਼ੀ ਮਿਹਨਤ ਕਰਨੀ ਪਵੇ ਜੋ ਮਰਜੀ ਕੋਈ ਸੈਂਟਰ ਤੋਂ ਕੋਈ ਸਕੀਮ ਲੈ ਕੇ ਆਉਣੀ ਹੈ ਉਹਨਾਂ ਨੂੰ ਮਿਲਣਾ ਪੈ ਜੇ ਪਰ ਮੇਰਾ ਮੇਰਾ ਮਕਸਦ ਇਹ ਆ ਪੰਜਾਬ ਚ ਆਵੇ ਇੰਡਸਟਰੀ ਪੰਜਾਬ ਚ ਆਉਣ ਸਾਡੇ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਤਾਂ ਪੰਜਾਬੀਆਂ ਨੂੰ ਕੰਮ ਮਿਲੇ ਹੁਣੇ-ਹੁਣੇ ਪਿਛਲੇ ਪਿਛਲੇ ਦਿਨ ਹੀ ਅਸੀਂ ਕਰਕੇ ਆਇਆ ਫੈਸਲਾ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਬਹੁਤ ਸਾਰੇ ਮੁਲਾਜ਼ਮਾਂ ਦੇ ਮੈਨੂੰ ਫੋਨ ਆਏ ਨੇ ਕਿ ਜੀ ਬਹੁਤ ਧੰਨਵਾਦ ਡੀਏ ਦਿੱਤਾ 6% ਬਹੁਤ ਸਾਰੇ ਹੋਰ ਫੈਸਲੇ ਨੇ ਆਉਣ ਵਾਲੇ ਦਿਨਾਂ 'ਚ ਬਹੁਤ ਲੋਕ ਪੱਕੀ ਫੈਸਲੇ ਹੋਰ ਹੋਣਗੇ ਅਸੀਂ ਟੈਕਸ ਤੁਹਾਡੇ ਤੋਂ ਲਵਾਂਗੇ ਪਰ ਇੱਕ ਗੱਲ ਦਾ ਯਕੀਨ ਰੱਖਿਓ ਉਹ ਟੈਕਸ ਜੇ 100 ਰੁਪਿਆ ਲੈ ਲਿਆ ਤੁਹਾਡੇ ਤੋਂ 101 ਰੁਪਿਆ ਕਰਕੇ ਤੁਹਾਡੇ ਤੇ ਲਾਵਾਂਗੇ ਅਸੀਂ 101 ਰੁਪਿਆ ਉਹ ਪੁਲ ਦੇ ਰੂਪ 'ਚ ਆਵੇ ਧੰਕਿਊ 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 ਚਾਹੇ ਉਹ ਪੁਲ ਧੰਕਿਊ ਤੇ ਪੁਲ ਬਣਾਈਏ ਚਾਹੇ ਚਾਹੇ ਆ ਜਿਹੜੇ ਸੜਕਾਂ ਤੇ ਲੱਗੇ ਹੋਏ ਨੇ ਨਾਕੇ ਦੋ ਤਾਂ ਖਤਮ ਕਰਤੇ ਦੋ ਦਿਨ ਹੋਰ ਨੇ ਹੋਣ ਵੀ ਭਾਈ ਤੁਹਾਡੀ ਐਕਸਪਾਇਰੀ ਡੇਟ ਜਿਹੜੀ ਆ ਉਹ ਲੰਘ ਚੁੱਕੀ ਐ ਕਹਿੰਦੇ ਕਰੋਨਾ ਆ ਗਿਆ ਸੀ ਸਾਡਾ ਬਤਾਓ ਮੈਂ ਕਿਹਾ ਕਰੋਨਾ ਸਾਡੇ ਇਕੱਲੇ ਤੇ ਆਇਆ ਸੀ ਸਾਰਿਆਂ ਤੇ ਆਇਆ ਸੀਗਾ ਇਹ ਥੋੜੀ ਹੁੰਦਾ ਮੈਂ ਕਿਹਾ ਵੀ ਨੈਸ਼ਨਲ ਡਿਸਾਸਟਰ ਐ ਉਹ ਉਹ ਤਾਂ ਬਤਾ ਨਹੀਂ ਸਕਦੇ ਅਸੀਂ ਚੁੱਪ ਕਰਕੇ ਆਪਣਾ ਜਿਹੜਾ ਟੋਲ ਪਲਾਜ਼ਾ ਚੱਕ ਕੇ ਲੈ ਜਾਓ ਇੱਥੋਂ ਬਹੁਤ ਹੋ ਗਿਆ ਸੋ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਵੀ ਖੁਸ਼ਖਬਰੀਆਂ ਮਿਲਣਗੀਆਂ ਕਿ ਪੰਜਾਬ ਦੀਆਂ ਸੜਕਾਂ ਜਿਹੜੀਆਂ ਨੇ ਪਹਿਲਾਂ ਪੰਜਾਬ ਨੂੰ ਮਾਫੀਆ ਤੋਂ ਭ੍ਰਿਸ਼ਟਾਚਾਰੀਆਂ ਤੋਂ ਇਹਨਾਂ ਤੋਂ ਜ਼ਿਆਦਾ ਟਕਰਾਉਣਾ ਕਰਾਈ ਜਾਂਦੇ ਆ ਪੰਜਾਬ ਨੂੰ ਤਾਂ ਇਹ ਸੜਕਾਂ ਯਾਦ ਨਹੀਂ ਹੈਗੀਆਂ ਸਾਡੀਆਂ ਪੰਜਾਬ ਦੀਆਂ ਸੜਕਾਂ ਯਾਦ ਕਰਾਉਣੀਆਂ ਪਹਿਲਾਂ ਤਾਂ ਕਿ ਸੜਕਾਂ ਤਾਂ ਸਾਡੀਆਂ ਹੋਣ ਸਰਕਾਰਾਂ ਦਾ ਕੰਮ ਕੀ ਹੁੰਦਾ ਸੜਕਾਂ ਬਣਾਉਣਾ ਫਰਜ਼ ਹੁੰਦਾ ਸਰਕਾਰਾਂ ਇਹਨਾਂ ਨੇ ਕੋਈ ਸੜਕ ਵੀ ਨਹੀਂ ਛੱਡੀ ਇਹ ਜਿਹੜੀ ਜਿੱਦੇ ਟੋਲ ਨਾ ਲਾਇਆ ਹੋਵੇ ਔਰ ਜਾਣ ਬੁੱਝ ਕੇ ਟੋਲ ਦੇ ਆਲੇ ਦੁਆਲੇ ਦੀਆਂ ਸੜਕਾਂ ਜਿਹੜੀਆਂ ਬਣਾਈਆਂ ਨਹੀਂ ਦੋ ਵਾਰੀ ਚਲੇ ਜਾਓਗੇ ਇਧਰ ਉਧਰ ਦੀ ਕੱਢ ਕੇ ਪਿੰਡਾਂ ਵਿੱਚ ਦੀ ਤੀਜੀ ਚੌਥੀ ਵਾਰੀ ਕਹੋਗੇ ਕਾ ਨੂੰ ਗੱਡੀ ਭੰਨਣੀ ਹੈ 50 ਰੁਪਏ ਉੱਥੇ ਦੇ ਦੇਣੇ ਯਾਰ ਐਦਾਂ ਘੇਰ ਕੇ ਲਿਆਉਂਦੇ ਆ ਮਤਲਬ ਲੁੱਟਣ ਵਾਸਤੇ ਸੋ ਇਹ ਹੋ ਨਹੀਂ ਸਕਦਾ ਇਹ ਟੋਲ ਦੇ ਜਿਹੜੇ ਰੂਲ ਨੇ ਇੰਟਰਨੈਸ਼ਨਲ ਉਹ ਇਹ ਕਹਿੰਦੇ ਨੇ ਕਿ ਟੋਲ ਕੰਪਲਸਰੀ ਨਹੀਂ ਹੋ ਸਕਦਾ ਆਲਟਰਨੇਟਿਵ ਹੋ ਸਕਦਾ ਕੈਨੇਡਾ ਅਮਰੀਕਾ ਚ ਟੋਲ ਨੇ ਉੱਥੇ ਉਹ ਕਹਿੰਦੇ ਨੇ ਕਿ ਜੇ ਤਾਂ ਤੁਸੀਂ ਟਾਈਮ ਘੱਟ ਹੈ 15 ਮਿੰਟਾਂ ਜਾਣਾ ਤਾਂ ਇਸ ਰੋਡ ਰਾਹੀਂ ਚਲੇ ਜਾਓ 10 ਡਾਲਰ ਲੱਗਣਗੇ ਜੇ ਤੁਹਾਡੇ ਕੋਲ ਟਾਈਮ ਹੈ ਅੱਧਾ ਘੰਟਾ 35 ਮਿੰਟ ਲੱਗਦਾ ਨਹੀਂ ਤਾਂ ਦੂਜੀ ਰੋਡ ਐ ਤੇ ਸਾਡੇ ਇੱਥੇ ਕਹਿੰਦੇ ਜੀ ਇੱਥੋਂ ਦੀ ਹੀ ਜਾਓ ਹੁਣ ਸਾਹਨੇ ਵਾਲਾ ਚੱਕ ਕੇ ਲਿਆ ਕੇ ਲਾਡਵਾਲਾ ਲਿਆ ਹੁਣ ਦਰਿਆ ਵਿੱਚ ਦੀ ਕਿਵੇਂ ਲੰਗੀਏ ਕਹਿੰਦੇ ਇੱਥੋਂ ਦੀ ਲੰਘੋ ਹਾਲਾਂਕਿ ਰੂਲ ਮੁਤਾਬਕ ਜਿਹੜਾ ਉਹਨਾਂ ਨਾਲ ਐਗਰੀਮੈਂਟ ਹੋਇਆ ਹੈ ਜਗ੍ਹਾ ਨਹੀਂ ਬਦਲ ਸਕਦੇ ਉਹ ਜਿੱਥੇ ਲੱਗ ਗਿਆ ਕੇਰਾ ਮਨਜ਼ੂਰ ਹੋ ਗਿਆ ਉਹ ਦੂਜਾ ਸ਼ੰਭੂ ਵਾਲਾ ਉਹ ਚੱਕ ਕੇ ਹਰਿਆਣੇ ਵਾਲੇ ਪਾਸੇ ਉਹ ਪੁਲ ਟੱਪ ਕੇ ਲਾ ਲਿਆ ਉਹ ਤੂੰ ਪਹਿਲਾਂ ਜਦੋਂ ਸੀ ਉਦੋਂ ਬਨੂੜ ਨੂੰ ਸੜਕ ਮੁੜਦੀ ਸੀ ਇੱਕ ਉਹ ਟੋਲ ਦੇ ਅੰਦਰ ਨਹੀਂ ਆਉਂਦੀ ਸੀ ਉਹ ਕਹਿੰਦੇ ਜੀ ਤਾਂ ਲੋਕ ਤਾਂ ਇੱਧਰ ਦੀ ਲੰਘਣ ਲੱਗ ਗਏ ਆਪਾਂ ਪਿੱਛੇ ਕਰ ਲੈਣਾ ਥੋੜਾ ਜਿਹਾ ਹੱਦ ਆ ਯਾਰ ਕੋਈ ਤਾਂ ਛੱਡ ਦਿਓ ਕਿਤੇ ਨਾਲ ਲੈ ਜਾਓਗੇ ਮੈਂ ਤਾਂ ਇੰਨੀ ਕਹਿਣਾ ਚਾਹੂੰਗਾ ਜਿਹੜੇ ਭ੍ਰਿਸ਼ਟਾਚਾਰ ਕਰਦੇ ਨੇ ਜਾਂ ਗਰੀਬਾਂ ਦੇ ਪੈਸੇ ਲੁੱਟਦੇ ਆ ਜਾਂ ਉਹਨਾਂ ਦੇ ਚੁੱਲਿਆਂ ਦੀ ਅੱਗ ਬੁਝਾਉਂਦੇ ਆ ਕਿ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਏਥੇ ਰਹਿ ਜਾਂਦਾ ਹੈ ਸੋ ਤੁਸੀਂ ਮੈਨੂੰ ਐਨੇ ਪਿਆਰ ਨਾਲ ਸੁਣਿਆ ਐਨੇ ਸੰਜਮ ਨਾਲ ਸੁਣਿਆ ਮਾਨ ਸਤਕਾਰ ਦਿੱਤਾ ਮੈਂ ਤੁਹਾਡਾ ਲੁਧਿਆਣਾ ਵਾਸੀ ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਭਗਵਾਨ ਵਿਸ਼ਖ ਕਰਮਾ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ